ਕਰੋਨਾ ਦੀ ਸੁਨਾਮੀ ਨੇ ਸਮੁੱਚੇ ਆਲਮ ਦਾ ਢਾਂਚਾ ਵਿਗਾੜ ਕੇ ਰੱਖ ਦਿੱਤਾ ਹੈ ਅਤੇ ਸਮੁੱਚੇ ਦੇਸ਼ਾਂ ਵਿੱਚ ਕਰੋਨਾ ਦੀ ਬਿਮਾਰੀ ਨੇ ਹਜ਼ਾਰਾਂ ਲੋਕਾਂ ਦੀ ਜਾਨ ਲੈ ਲਈ ਹੈ। ਕਰੋਨਾ ਨਾਲ ਭਾਰਤ ਦੇ 17 ਸੂਬਿਆਂ 'ਚ 75 ਮੌਤਾਂ ਅਤੇ ਪੀੜਤਾਂ ਦੀ ਗਿਣਤੀ 3072 ਅਤੇ 58 ਮਰੀਜ਼ਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ ਅਤੇ ਪੰਜਾਬ ਵਿੱਚ ਪਿਛਲੇ ਦਿਨ 9 ਮਾਮਲੇ ਸਾਹਮਣੇ ਆਉਣ ਨਾਲ ਗਿਣਤੀ 65 'ਤੇ ਪੁੱਜ ਗਈ ਹੈ। ਜਿੱਥੇ ਪੰਜਾਬ 'ਚ ਕਰੋਨਾ ਦੇ ਸੰਕਟ 'ਤੇ ਗਰੀਬਾਂ ਨੂੰ ਰਾਸ਼ਨ ਵੰਡਿਆ ਜਾ ਰਿਹਾ ਹੈ, ਉੱਥੇ ਕਿਸਾਨਾਂ ਲਈ ਕਣਕ ਖਰੀਦਣ ਬਾਰੇ ਵਿਸ਼ੇਸ਼ ਸਕੀਮ ਸ਼ੁਰੂ ਕਰਕੇ ਮਗਰੋਂ ਕਣਕ ਵੇਚਣ ਵਾਲੇ ਕਿਸਾਨਾਂ ਨੂੰ ਰੇਟ ਵੱਧ ਦੇਣ ਦੀ ਗੱਲ ਕੀਤੀ ਹੈ। ਉੱਥੇ ਤਲਵੰਡੀ ਸਾਬੋ ਇਲਾਕੇ ਵਿੱਚ ਸਰਕਾਰੀ ਕਿੱਟਾਂ ਦੀ ਵੰਡਣ ਦਾ ਕੰਮ ਸ਼ੁਰੂ ਹੋ ਗਿਆ ਹੈ। ਇਸ ਸੰਬੰਧੀ ਕੀ ਕਹਿੰਦੇ ਨੇ ਕਾਂਗਰਸ ਦੇ ਸਾਬਕਾ ਬਲਾਕ ਪ੍ਰਧਾਨ ਕ੍ਰਿਸ਼ਨ ਭਾਗੀਵੰਦਰ, ਉਹ ਵੀ ਤੁਹਾਨੂੰ ਸੁਣਾ ਦਿੰਦੇ ਹਾਂ। ਮੇਰਾ ਨਾਂ ਕ੍ਰਿਸ਼ਨ ਸਿੰਘ ਹੈ ਜੀ, ਤਰਵੰਡ ਹਲਕਾ ਤਰਵੰਡੀ ਸਾਬੋ ਤੋਂ। ਜਿਹੜੀ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਕਰੋਨਾ ਵਾਇਰਸ ਜਿਹਨੂੰ ਆਪਾਂ ਕਹਿੰਦੇ ਹਾਂਗੇ, ਪੰਜਾਬ ਸਰਕਾਰ ਨੇ ਵੀ, ਸਾਰੀ ਸਰਕਾਰਾਂ ਨੇ ਲੋਕਡਾਊਨ ਕੀਤਾ, ਪੰਜਾਬ ਸਰਕਾਰ ਨੇ ਵੀ ਕੀਤਾ। ਬਹੁਤ ਵਧੀਆ ਫੈਸਲਾ ਪੰਜਾਬ ਸਰਕਾਰ ਨੇ ਲਿਆ, ਜਿਹੜਾ ਵੀ ਸਮੇਂ ਸਿਰ ਲੈਣਾ ਚਾਹੀਦਾ ਸੀ, ਬਣਦਾ ਸੀਗਾ, ਉਹ ਫੈਸਲਾ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਨੇ ਲਿਆ ਹੈਗਾ। ਅਤੇ ਸਾਰੇ ਪੰਜਾਬ ਦੇ ਵਿੱਚ ਲਗਭਗ ਸਾਰੇ ਜਿਹੜਾ ਕਰਫਿਊ ਦਾ ਸਾਥ ਦੇ ਰਹੇ ਹੈ, ਅਤੇ ਕੋਈ ਇਹੋ ਜਿਹੀ ਗੱਲ ਨਹੀਂ ਵੀ ਐਂ ਕਰ ਰਿਹਾ ਜਿਹਨੂੰ ਚਲੋ ਜ਼ਰੂਰਤ ਹੈ ਐਮਰਜੈਂਸੀ ਜਾਣਾ ਉਹ ਜਾ ਵੀ ਰਿਹਾ, ਅਤੇ ਦੂਜੇ ਜਿਹੜੇ ਹੋਰ ਹਲਕੇ ਦੇ ਭਰਾ ਸਾਡੇ ਜਿਹੜੇ ਐਵੇਂ ਘਰੋਂ ਬੇਘਰ ਬੇ ਤੋਂ ਊਂ ਤੁਰੇ ਫਿਰਦਾ, ਬਿਨਾਂ ਤੱਕ ਤੋਂ ਤੁਰੇ ਫਿਰਦਾ, ਇਹਨਾਂ ਨੂੰ ਨਹੀਂ ਕੰਮ, ਕਿਰਪਾ ਕਰਕੇ ਉਹ ਸਰਕਾਰ ਦੀਆਂ ਹਦਾਇਤਾਂ ਦੇ ਮੁਤਾਬਕ ਪਾਲਣਾ ਕਰਨ, ਘਰੋਂ ਨਾਲ ਨਿਕਲਣ। ਹਲਕਾ ਤਲਵੰਡੀ ਸਰਦਾਰ ਖੁਸ਼ਵਾ ਸਿੰਘ ਜਟਾਣਾ, ਹਲਕਾ ਇੰਚਾਰਜ ਆ ਕਾਂਗਰਸ ਪਾਰਟੀ ਤਲਵੰਡੀ ਸਾਬੋ ਦੇ ਜੀ। ਆਪਦੀ ਅਸੀਂ ਆਪਣੇ ਹਲਕਾ ਤਲਵੰਡੀ ਸਾਬੋ ਨੂੰ ਚਾਰ ਹਿੱਸਿਆਂ ਦੇ ਵਿੱਚ ਵੰਡਿਆ ਸੀਗਾ, ਬਲਾਕ ਤਲਵੰਡੀ ਸਾਬੋ ਸ਼ਹਿਰ ਅੱਡ, ਰਾਮਾ ਸ਼ਹਿਰ ਅੱਡ, ਦਿਹਾਤੀ ਜਿਹੜੇ ਪਿੰਡ ਲੱਗਦੇ ਉਹ ਚਾਰ ਹਿੱਸਿਆਂ 'ਚ ਵੰਡਿਆ ਸੀਗਾ। ਸਾਡੇ ਵੱਲੋਂ 26-27 ਤਰੀਕ ਤੋਂ ਲੈ ਕੇ ਜਿਹੜਾ ਰਾਸ਼ਨ ਹੈ ਲੋਕਾਂ ਤੱਕ ਪਹੁੰਚ, ਜਿਹੜੇ ਅਤਿ ਗਰੀਬ ਹੈ ਉਹਨਾਂ ਤੱਕ ਅਸੀਂ ਪਹੁੰਚਾ ਰਹੇ ਹਾਂ। ਅਤੇ ਸਾਡੀ ਜ਼ਿੰਮੇਵਾਰੀ ਵੀ ਆ ਵੀ ਜਿੰਨਾ ਚਿਰ 14 ਤਰੀਕ ਤੱਕ ਕਰਫਿਊ ਰਹੂਗਾ, ਹਰੇਕ ਲੋੜਵੰਦ ਪਰਿਵਾਰ ਨੂੰ ਅਸੀਂ ਰਾਸ਼ਨ ਜਿਹੜਾ ਅਸੀਂ ਉਹਨਾਂ ਤੱਕ ਘਰ ਪਹੁੰਚਾਵਾਂਗੇ, ਕਿਸੇ ਨੂੰ ਅਸੀਂ ਭੁੱਖਾ ਜਾਂ ਭੁੱਖਾ ਨਹੀਂ ਸੌਣ ਦੇਵਾਂਗੇ, ਹਰੇਕ ਤੱਕ ਮੁਹੱਈਆ ਕਰਵਾਵਾਂਗੇ। ਸਰਕਾਰ ਆਉਣ ਵਾਲੇ ਸਮੇਂ ਦੇ ਵਿੱਚ ਮਾਰ ਕੇ ਆਬਾਦੀ ਦੇ ਹਿਸਾਬ ਨਾਲ ਘਟਾ ਰਹੀ ਹੈ, ਮੇਰੇ ਖਿਆਲ 'ਚ ਆਪਣੇ ਤਲਵੰਡੀ ਸਾਬੋ 7500 ਤੋਂ ਲੈ ਕੇ 8000 ਦੇ ਕਰੀਬ ਘਟਾ ਰਹੀਆਂ ਗਾ, ਜਿਹੜੀਆਂ ਮੇਰੇ ਖਿਆਲ 'ਚ ਪਰਸੋਂ ਤੱਕ ਵੰਡੀਆਂ ਜਾ ਜਾਣਗੀਆਂ। ਸਾਰੀਆਂ ਬੀ ਡੀ ਓ ਸਾਹਿਬ ਕੋਲ ਰਿਪੋਰਟਾਂ ਪਹੁੰਚਗੀਆਂ, ਸਾਰੀ ਵੈਰੀਫਾਈ ਹੋ ਗਈ ਵੀ ਕਿਹਨੂੰ ਕਿੰਨੀਆਂ ਜ਼ਰੂਰਤ ਹੈ, ਕਿਹੜੇ ਪਿੰਡ ਨੂੰ ਕਿੰਨੀਆਂ ਚਾਹੀਦੀਆਂ, ਉਹ ਜਿਹੜੀ 7500-8000 ਕਿੱਟ ਆਊਗੀ ਅਸੀਂ ਜਿਹੜੇ ਅਤਿ ਲੋੜਵੰਦ ਪਰਿਵਾਰ ਹੈ ਉਹਨਾਂ ਤੱਕ ਅਸੀਂ ਪਹੁੰਚ ਕਰਾਂਗੇ। ਉੱਧਰ ਬੇਸ਼ੱਕ ਪੰਜਾਬ ਸਰਕਾਰ ਕਰੋਨਾ ਨਾਲ ਨਜਿੱਠਣ ਦੀਆਂ ਲੱਖ ਕੋਸ਼ਿਸ਼ਾਂ ਕਰ ਰਹੀ ਹੈ, ਪਰ ਦਿਹਾੜੀਦਾਰ ਕਿਸਾਨਾਂ ਦੀ ਹਾਲਤ ਚਿੰਤਾਜਨਕ ਹੈ। ਜਿਨ੍ਹਾਂ ਕਿਸਾਨਾਂ ਨੇ ਬੇਰਾਂ ਦੇ ਬਾਗ ਲਏ ਹੋਏ ਸਨ ਉਹ ਬੇਰੁਜ਼ਗਾਰ ਹੋ ਗਏ ਹਨ ਅਤੇ ਉਹਨਾਂ ਨੂੰ ਘਾਟਾ ਪੈ ਰਿਹਾ ਹੈ। ਕੀ ਕਹਿੰਦੇ ਨੇ ਉਹ ਪੀੜਤ, ਉਹ ਵੀ ਤੁਹਾਨੂੰ ਅਸੀਂ ਸੁਣਾ ਦਿੰਦੇ ਹਾਂ। ਪਾਲੋ ਕੌਰ ਜੀ, ਪਿੰਡ ਕਿਹੜਾ? ਪਿੰਡ ਤਲਵੰਡੀ ਜੀ। ਅਸੀਂ ਜੀ ਠੇਕੇ 'ਤੇ ਬਾਗ ਲਿਆ ਜੀ, ਬਹੁਤ ਬੁਰਾ ਹਾਲ ਹੈ ਜੀ, ਕਿਰ ਕਰਕੇ ਥੱਲੇ ਡਿੱਗੀ ਜਾਂਦੇ ਆ, ਸਾਡੇ ਕੋਈ ਵੱਸ ਨਹੀਂ ਸਾਡੀ। ਕੋਈ ਮਾੜਾ ਮੋਟਾ ਸਾਨੂੰ ਹੱਲ ਹੋਣਾ ਚਾਹੀਦਾ ਜੀ, ਵੀ ਕੋਈ ਵੀ ਜਾਂ ਕੋਈ ਮੰਡੀ ਦਾ ਜਾਂ ਕੋਈ ਵੀ ਸਾਨੂੰ ਸਹਾਇਤਾ ਮਿਲੇ ਜਾਂ ਕੋਈ ਸਾਨੂੰ ਸਹਾਇਤਾ ਹੋ ਜੇ, ਵੀ ਜ਼ਿਮੀਂਦਾਰ ਹੈ ਹੁਣ ਤਾਂ ਸਾਨੂੰ ਕੋਈ ਪੈਸਾ ਨਹੀਂ ਛੱਡ ਸਕਦੇ ਜੀ। ਚੜ੍ਹਦਾ ਪੰਜਾਬ ਖਬਰਨਾਮੇ ਦੀ ਹਰ ਤਾਜ਼ਾ ਰਿਪੋਰਟ ਦੇਖਣ ਦੇ ਲਈ ਲਾਈਕ ਅਤੇ ਸਬਸਕ੍ਰਾਈਬ ਕਰੋ। ਖਬਰਾਂ ਲਵਾਉਣ ਲਈ ਸੰਪਰਕ ਕਰੋ 94 177 55 6 95।